हाँ बुलायो ते फुला जही बहार वेखी मैं, नैना विच जुगनू जही लाट वेखी मैं। ਹੁਣ ਤੱਕ ਤੁਸੀਂ ਸੈਡ ਹੀ ਗਾਣੇ ਗਾਏ ਨੇ, ਮੇਨ ਕਾਰਨ ਕਿਤੇ ਕੋਈ ਦਿਲ ਤੇ ਸੱਟ ਲੱਗੀ ਹੋਵੇ ਜਾਂ ਕਿੱਦਾਂ? ਵੈਸੇ ਲੱਗੀ ਹੈ ਬਾਈ। ਖਾਉ ਖਾਉ ਕਰਕੇ ਸੀ ਜਦੋਂ ਖੰਗਿਆ, ਮੈਂ ਕਿਹਾ ਗਰੇ ਵਾਲਾ ਤੇਰੇ ਪੱਲੇ ਰੋਣਾ ਹੋ ਗਿਆ। 18 ਸਾਲ ਬਾਅਦ ਇੱਕ ਬਣੀ ਸੀ ਸਹੇਲੀ, ਉਹਨੂੰ ਵੀ ਹਾਂ ਮਿੱਤਰੋ ਕਰੋਨਾ ਹੋ ਗਿਆ। ਬੋਲਣਾ ਵੀ ਤੇਰਾ ਹੁਣ ਮਿਰਚਾਂ ਤੋਂ ਕੌੜਾ, ਉਂਝ ਸ਼ਕਲੋਂ ਤੂੰ ਖੰਡ ਡਲੀ ਲੱਗਦੀ, ਨਾ ਕੋਈ ਛੱਡੀ ਘਾਟ ਵੱਧ, ਤੁਸੀਂ ਕੀਤਾ ਬਰਬਾਦ, ਤੂੰ ਵੀ ਕੈਪਟਨ ਦੇ ਨਾਲ ਰਲੀ ਲੱਗ। ਪਿੱਠ ਪਿੱਛੇ ਕੀ ਰਹੀ ਕਰਦੀ ਬਾਹਾਂ ਸੀ ਤੇਰਾ ਤਾਂ ਵੱਡਿਆ, ਤੇਰੀ ਇਹ ਗੱਲ ਬਿਲੋ ਮੈਨੂੰ ਚੰਗੀ ਨਹੀਂ ਸੀ ਲੱਗੀ, ਤੈਨੂੰ ਤਾਂ ਛੱਡਿਆ। ਬਿਮਾਰ ਘੋੜੀ ਉੱਤੇ ਬਹਿ ਗਿਆ ਨੀ ਝੋਂਬਰੇ ਨਜ਼ਾਰੇ ਲੁੱਟਦਾ। ਪੰਜਾਬਤਾਨ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਅਸੀਂ ਪਹੁੰਚੇ ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ। ਸੋ ਇੱਥੋਂ ਦੇ ਰੰਗ ਨੇ ਜਿਹੜੀ ਸੰਗੀਤ ਦੀ ਸ਼ੁਰੂਆਤ ਹੁੰਦੀ ਹੈ ਪ੍ਰਸਿੱਧ ਸਿੰਗਰਾਂ ਦੀ, ਆਹ ਧਰਤੀ ਤੋਂ ਇੱਥੋਂ ਹੋਈ ਹੈ। ਸੋ ਇੱਥੇ ਆਪਣੇ ਹੋਰ ਵੀ ਨੌਜਵਾਨ ਨੇ ਜੋ ਹਜੇ ਸ਼ੁਰੂਆਤ ਕਰ ਰਹੇ ਨੇ, ਸੋ ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਉਹਨਾਂ ਤੋਂ ਵਿਚਾਰ ਸੁਣਦੇ ਹਾਂ, ਉਹਨਾਂ ਦੇ ਗਾਣੇ ਸੁਣਦੇ ਹਾਂ। ਆਓ ਜੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਬਾਈ ਜੀ ਨਾਮ ਕੀ ਹੈ ਜੀ ਆਪਣਾ? ਜੀ ਮੇਰਾ ਨਾਮ ਗੁਰੀ ਗਰੇਵਾਲ। ਬਾਈ ਜੀ, ਇੱਕ ਤਾਂ ਦਰਸ਼ਕਾਂ ਨੂੰ ਥੋੜ੍ਹਾ ਜਿਹਾ ਰੰਗ ਬੰਨ ਦਿਓ, ਇੱਕ ਗਾਣੇ ਸੁਣਾ ਦਿਓ। ਜ਼ਰੂਰ ਜੀ। ਸੱਤ ਉਹ ਪਲੇਟਾਂ ਮੇਰੇ ਪਹਿਲਾਂ ਖਾ ਗਈ, 8ਵੀਂ ਦੇ ਉੱਤੇ ਹੁਣ ਵਾਰੀ ਆ ਗਈ। ਸੱਤ ਉਹ ਪਲੇਟਾਂ ਮੇਰੇ ਪਹਿਲਾਂ ਖਾ ਗਈ, 8ਵੀਂ ਦੇ ਉੱਤੇ ਹੁਣ ਵਾਰੀ ਆ ਗਈ। ਰੇੜੀ ਉੱਤੇ ਖੜੀ ਜੇਬ ਖਾਲੀ ਕਰ ਗਈ, ਰੇੜੀ ਉੱਤੇ ਖੜੀ ਜੇਬ ਖਾਲੀ ਕਰ ਗਈ। ਜ਼ਿੰਦਗੀ ਦੇ ਵਿੱਚ ਐਸਾ ਗਾਹ ਪੈ ਗਿਆ, ਰੱਬ ਹੀ ਬਚਾਊ ਹੁਣ ਤੁਹਾਡੇ ਯਾਰ ਨੂੰ, ਮੇਰੇ ਕੋਲ ਗੱਪੇ ਖਾਣੀ ਨਾਲ ਵਾਹ ਪੈ ਗਿਆ। ਰੱਬ ਹੀ ਬਚਾਊ ਹੁਣ ਤੁਹਾਡੇ ਯਾਰ ਨੂੰ, ਮੇਰੇ ਕੋਲ ਗੱਪੇ ਖਾਣੀ ਨਾਲ ਵਾਹ ਪੈ ਗਿਆ। ਕਿਆ ਬਾਤ ਆ ਬਾਈ ਜੀ, ਬਹੁਤ ਸੋਹਣਾ ਗਾਣਾ। ਖੈਰ ਦਰਸ਼ਕ ਵੀ ਤਾੜੀਆਂ ਮਾਰ ਰਹੇ ਨੇ, ਮਿੱਤਰ ਤਾਂ ਮੇਰੇ ਵੀ ਖੜੇ ਹੋਏ। ਸੋ ਬਾਈ, ਇੱਕ ਜਿਹੜਾ ਇਦੋਂ ਪਹਿਲਾਂ ਕਿ ਜਿਵੇਂ ਹੁਣ ਕਰੋਨਾ ਦਾ ਟਾਈਮ ਵੀ ਚੱਲ ਰਿਹਾ, ਅਤੇ ਦੱਸਿਆ ਸੀ ਇਹਨਾਂ ਨੇ, ਕਹਿੰਦੇ ਵੀ ਕਰੋਨਾ 'ਤੇ ਵੀ ਤੁਸੀਂ ਗਾਣਾ ਲਿਖਿਆ, ਕਿ ਉਹ ਵੀ? ਹਾਂਜੀ ਜੀ। ਉਹ ਪਹਿਲੀ ਵਾਰੀ ਇੰਸਟਾ 'ਤੇ ਹੋਈ ਗੱਲ ਸੀ, ਪਤਾ ਨਹੀਂ ਉਹ ਕਿਹੜਾ ਉਹ ਮਾੜਾ ਪਲ ਸੀ। ਪਹਿਲੀ ਵਾਰੀ ਇੰਸਟਾ 'ਤੇ ਹੋਈ ਗੱਲ ਸੀ, ਪਤਾ ਨਹੀਂ ਉਹ ਕਿਹੜਾ ਉਹ ਮਾੜਾ ਪਲ ਸੀ। ਖਾਉਂ ਖਾਉਂ ਕਰਕੇ ਸੀ ਜਦੋਂ ਖੰਗਿਆ, ਖਾਉਂ ਖਾਉਂ ਕਰਕੇ ਸੀ ਜਦੋਂ ਖੰਗਿਆ, ਮੈਂ ਕਿਹਾ ਗਰੇ ਵਾਲਾ ਤੇਰੇ ਪੱਲੇ ਰੋਣਾ ਹੋ ਗਿਆ। 18 ਸਾਲ ਬਾਅਦ ਇੱਕ ਬਣੀ ਸੀ ਸਹੇਲੀ, ਉਹਨੂੰ ਵੀ ਹਾਂ ਮਿੱਤਰੋ ਕਰੋਨਾ ਹੋ ਗਿਆ। 18 ਸਾਲ ਬਾਅਦ ਇੱਕ ਬਣੀ ਸੀ ਸਹੇਲੀ, ਉਹਨੂੰ ਵੀ ਹਾਂ ਮਿੱਤਰੋ ਕਰੋਨਾ ਹੋ ਗਿਆ। ਬਾਈ ਜੀ, ਨਾਲੇ ਜਿਹੜੀ ਸੱਚਾਈ ਵੀ ਦੱਸੀ ਹੈ ਘਰ ਤੁਸੀਂ ਨੇ, ਬਾਕੀ ਕਰੋਨਾ 'ਤੇ ਵੀ ਗੱਲਬਾਤ ਕਰੀ। ਇੱਥੇ ਨਾਲ ਸਾਡੇ ਹੋਰ ਵੀ ਬਾਈ ਖੜੇ ਉਹਨਾਂ ਕੋਲ। ਸੋ ਬਾਈ ਗੁਰੀ ਢਿੱਲੋਂ ਤੋਂ ਬਾਅਦ ਸਾਡੇ ਨਾਲ ਹੋਰ ਵੀ ਇੱਥੇ ਹੈਗੇ ਨੇ ਨੌਜਵਾਨ, ਜੋ ਪੜ੍ਹਾਈ ਦੇ ਨਾਲ ਨਾਲ ਇੱਥੇ ਸੰਗੀਤ ਖੇਤਰ ਦੇ ਵਿੱਚ ਆਪਣੇ ਕਿਸਮਤ ਅਜਮਾ ਰਹੇ ਨੇ। ਸੋ ਗੱਲਬਾਤ ਕਰਦੇ ਹਾਂ ਬਾਈ ਜੀ, ਨਾਮ ਕੀ ਹੈ? ਵੀਰੇ ਬੱਬਰ ਸਿੰਘ। ਕੀ ਕਰਦੇ ਹੋ ਇੱਥੇ ਤੁਸੀਂ? ਮਿਊਜ਼ਿਕ ਵੋਕਲ। ਹੋਰ ਮਿਊਜ਼ਿਕ ਤੋਂ ਇਲਾਵਾ ਹੋਰ ਕੀ ਸ਼ੌਂਕ ਨੇ? ਬਸ ਸ਼ੌਂਕ ਤਾਂ ਇਹੀ ਵੀ ਮਿਊਜ਼ਿਕ ਕਰਨਾ ਅਤੇ ਕਬੱਡੀ ਖੇਡਦੇ ਹਾਂ ਅਤੇ ਰੇਸਿੰਗ ਵਗੈਰਾ। ਕੋਈ ਸੁਣਾ ਸਕਦੇ ਹੋ ਤੁਸੀਂ, ਕੋਈ ਲਿਖਿਆ ਹੋਇਆ ਕੁਛ ਆਪਣਾ? ਆਪਣਾ ਤਾਂ ਚਲੋ ਅਜੇ ਆਉਣਾ ਹੀ ਨੇ, ਹੈ ਨਾ, ਉਹ ਪਹਿਲਾਂ ਕਰਨਾ ਨਹੀਂ ਅਤੇ ਦੂਜੇ ਸੁਣਾ ਦੇਣਾ ਮੈਂ। ਹੋਏ ਅੱਖਾਂ ਬਿੱਲੀਆਂ ਚ ਕਜਲੇ ਦੀ ਧਾਰੀ, ਹੋ ਕੁੜੀ ਆਈ ਜਦੋਂ ਖਿੱਚ ਕੇ ਤਿਆਰੀ, ਪੌਣਾ ਚ ਪਿਆਰ ਕੋਲ ਦੀ, ਪੌਣਾ ਚ ਪਿਆਰ ਕੋਲ ਦੀ। ਆ ਸੁਬਾ ਸੁਬਾ ਜਦ ਤੱਕਿਆ ਉਸਨੂੰ ਕਲੀ ਵਾਂਗ ਮੁਸਕਾਵੇ, ਹਨੇਰੀ ਵਾਂਗਰ ਚੜੀ ਜਵਾਨੀ ਅੱਗ ਸੀਨੇ ਨੂੰ ਲਾਵੇ। ਹੋ ਕੁੜੀ ਜਾਪਦੀ ਸੀ ਅਲੜ ਕਵਾਰੀ, ਹੋ ਲੱਗੇ ਬੁੱਲੀਆਂ ਚੋਂ ਹੱਸਦੀ ਪਿਆਰੀ, ਪੌਣਾ ਚ ਪਿਆਰ ਕੋਲ ਦੀ, ਉਹ
ਬਾਤਾਂ ਬਾਈ ਜੀ ਆਵਾਜ਼ ਦੇ ਵਿੱਚ ਵੀ ਬਹੁਤ ਵਧੀਆ ਖਰ ਲੰਬੀ ਹੇਕ ਲਾਈ ਆ ਤੁਸੀਂ ਜੇ ਕਹੀਏ ਬਿੰਦਰੇਖੀ ਦਾ ਭੁਲੇਖਾ ਪੈਂਦਾ ਬਾਈ ਥੋੜ੍ਹਾ ਥੋੜ੍ਹਾ ਅਤੇ ਬਾਈ ਜਿਹੜੀ ਗੱਲਬਾਤ ਹੋਰ ਵੀ ਕਰਦੇ ਹਾਂ ਦਰਸ਼ਕਾਂ ਨਾਲ ਵੀ ਗੱਲ ਆ ਵੀ ਤੁਸੀਂ ਬਥੇਰੇ ਹਰਮਨ ਚੀਮੇ ਵਰਗੇ ਜਾਂ ਹੋਰ ਇੱਦਾਂ ਦੀਆਂ ਚੀਜ਼ਾਂ ਸ਼ੇਅਰ ਕਰਦੇ ਹੋ ਆਹ ਅਸਲ ਦੇ ਵਿੱਚ ਆਹ ਚੀਜ਼ਾਂ ਨੇ ਉਹ ਜਿਹੜਾ ਸਾਡੇ ਪੰਜਾਬ ਦੀਆਂ ਜੇ ਕਹਿ ਲਈਏ ਗੁਣ ਨੇ ਜਿਨ੍ਹਾਂ ਦੇ ਵਿੱਚ ਕਲਾਕਾਰੀਆਂ ਦੇ ਸੋ ਅਸੀਂ ਵੀ ਆਪਣੇ ਚੈਨਲ ਰਾਹੀਂ ਅਪੀਲ ਕਰਦੇ ਹਾਂ ਕਿ ਇੱਦਾਂ ਦੇ ਇਹਨਾਂ ਨੂੰ ਪ੍ਰਮੋਟ ਕਰਿਆ ਕਰੀਏ ਜੇ ਆਪਾਂ ਕਰਿਆ ਕਰੀਏ ਫਿਰ ਚੈਨਲਾਂ 'ਤੇ ਵੀ ਕਹਿੰਦੇ ਨੇ ਕੋਈ ਚੱਜ ਦਾ ਨਹੀਂ ਦਿਖਾਉਂਦੇ ਆਹ ਚੀਜ਼ਾਂ ਜੇ ਤੁਸੀਂ ਸ਼ੇਅਰ ਕਰੋਗੇ ਸੁਣੋਗੇ ਤਾਂ ਤੁਹਾਡੇ ਰੂਹ ਨੂੰ ਵੀ ਸਕੂਨ ਮਿਲੂਗਾ ਬਾਈ ਨਾਲ ਕੋਈ ਹੋਰ ਬਾਈ ਜੀ ਬਹੁਤ ਬਹੁਤ ਸੋਹਣਾ ਗਾਇਆ ਸੀ ਬਾਈ ਜੀ ਬਾਕੀ ਜਿਹੜਾ ਮੈਸੇਜ ਹੈ ਉਹ ਵੀ ਟਾਈਮ ਦਾ ਅਤੇ ਇੱਥੇ ਨੱਤੀਆਂ ਵਾਲਾ ਦੱਸੋ ਆਹ ਕਿਉਂ ਕਦੋਂ ਸ਼ੌਂਕ ਪਿਆ ਨੱਤੀਆਂ ਬਸ ਜੀ ਭੰਗੜੇ ਨਾਲ ਬਹੁਤ ਪਿਆਰ ਸੀ ਅੱਜ ਭੰਗੜੇ ਕਰਕੇ ਨੱਤੀਆਂ ਪਾ ਲਈਆਂ ਜੀ ਭੰਗੜਾ ਕਰਦੇ ਹੋ ਭੰਗੜਾ ਕਰਦੇ ਨਹੀਂ ਜੀ ਬਸ ਭੰਗੜਾ ਬੋਲੀਆਂ ਥੋੜ੍ਹਾ ਬਹੁਤਾ ਪਾ ਲਈ ਦੀ ਭੰਗੜੇ ਦੀਆਂ ਜੀ ਉਹ ਚੋਬਰਾਂ ਦੀ ਡਾਰ ਹੱਥ ਸੰਮਾਂ ਵਾਲੀ ਡਾਂਗ ਲਸ਼ਕਾਰੇ ਮਾਰਦੀ ਰੋ ਪੂਰਾ ਖੜੀ ਮੁੱਚ ਸੋਹਣੇ ਯਾਰ ਤੇਰੀ ਜੱਟ ਸਰਦਾਰ ਦੀ ਉਹ ਥਾਪੀ ਮਾਰ ਘੋੜੀ ਉੱਤੇ ਬਹਿ ਗਿਆ ਨੀ ਚੋਬਰ ਨਜ਼ਾਰੇ ਲੁੱਟਦਾ ਹੋ ਗਿੱਠ ਗਿੱਠ ਨੀਵੀਂ ਹੋਈ ਜਾਵੇ ਧਰਤੀ ਨੀ ਜਿੱਥੋਂ ਪੈਰ ਪੁੱਟਦਾ ਗਿੱਠ ਗਿੱਠ ਨੀਵੀਂ ਹੋਈ ਜਾਵੇ ਧਰਤੀ ਨੀ ਜਿੱਥੋਂ ਪੈਰ ਪੁੱਟਦਾ ਹੋ ਬਾਤਾਂ ਕਿਆ ਬਾਤਾਂ ਬਾਈ ਜੀ ਸਿਰਾ ਇੱਥੇ ਕੀ ਕਰਦੇ ਹੋ ਬਾਈ ਆਪਾਂ ਪੜ੍ਹਾਈ ਦੇ ਤੌਰ 'ਤੇ ਬਸ ਬੀ ਏ ਮਿਊਜ਼ਿਕ ਦੀ ਜੀ ਮੈਂ ਪਿੰਡ ਕਿਹੜਾ ਦੱਸਿਆ ਤੁਸੀਂ ਆਪਣਾ ਮੇਰਾ ਖੰਨਾ ਜੀ ਹੋਰ ਇਹ ਤੋਂ ਇਲਾਵਾ ਕੋਈ ਹੋਰ ਕੁਛ ਲਿਖਿਆ ਜਾਂ ਕੋਈ ਹੋਰ ਇੱਦਾਂ ਦੀ ਬੋਲੀ ਕੁਛ ਲਿਰਿਕਸ ਥੋੜ੍ਹਾ ਬਹੁਤ ਲਿਖ ਲੈਂਦਾ ਜੀ ਬਸ ਮੈਂ ਬੋਲੀ ਸੁਣਾਉਂਦਾ ਇੱਕ ਹੋਰ ਜੀ ਹੋ ਪੁੱਤ ਜੱਟ ਦਾ ਸ਼ੌਂਕ ਨਾਲ ਰੱਖਦਾ ਬਈ ਪੁੱਤ ਜੱਟ ਦਾ ਸ਼ੌਂਕ ਨਾਲ ਰੱਖਦਾ ਡਾਂਗ ਉੱਤੇ ਡੇਰਾ ਜੱਟੀਏ ਨੀ ਜਿੱਥੋਂ ਲੱਗੀਦਾ ਉਹ ਜਿੱਥੋਂ ਲੱਗੀਦਾ ਸਲਾਮਾਂ ਹੁੰਦੀਆਂ ਬਈ ਜਿੱਥੋਂ ਲੱਗੀਦਾ ਜਿੱਥੋਂ ਲੱਗੀਦਾ ਸਲਾਮਾਂ ਹੁੰਦੀਆਂ ਕਿਸੇ ਦਾ ਨਾ ਪਾਣੀ ਭਰੀਦਾ 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 ਉਹ ਸਿੰਘਾਂ ਅਤੇ ਸ਼ੇਰਾਂ ਦਾ ਨਾ ਪਿੱਛਾ ਕਦੇ ਕਰੀਦਾ ਸਿੰਘਾਂ ਅਤੇ ਸ਼ੇਰਾਂ ਦਾ ਨਾ ਪਿੱਛਾ ਕਦੇ ਕਰੀਦਾ ਇੱਥੇ ਨਾਲ ਬਾਈ ਹੋਰ ਵੀ ਨੇ ਇਦੋਂ ਪਹਿਲਾਂ ਤੁਸੀਂ ਕਈ ਇੰਟਰਵਿਊਆਂ ਦੇ ਵਿੱਚ ਵੇਖ ਚੁੱਕੇ ਵੀ ਹੋਵੋਗੇ ਸਾਡੇ ਨਾਲ ਨੇ ਬਾਈ ਨਾਲ ਹੁਣ ਮਾਹੌਲ ਬਣਿਆ ਹੋਇਆ ਅਤੇ ਨਾਲ ਬਾਈ ਕ੍ਰਾਂਤੀ ਜੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਬਾਈ ਜੀ ਤੁਸੀਂ ਇੱਥੇ ਮੇਨ ਕੰਮ ਕੀ ਕਰ ਰਹੇ ਹੋ ਮੇਨ ਵੀਰੇ ਮੇਰੀ ਸਟੱਡੀ ਹੋ ਚੁੱਕੀ ਹੈ ਹੁਣ ਖਾਲਸਾ ਕਾਲਜ ਤੋਂ ਗ੍ਰੈਜੂਏਸ਼ਨ ਹੋਈ ਆ ਫਿਲਹਾਲ ਤਾਂ ਵੀਰੇ ਲੋਕਡਾਊਨ ਕਰਕੇ ਫਰੀ ਹਾਂ ਅਤੇ ਦੇਣੀ ਆ ਬਾਈ ਇੱਦੋਂ ਅੱਗੇ ਆਪਣਾ ਸਟੱਡੀ 'ਚ ਕਰਨਾ ਕੰਟੀਨਿਊ ਗਾਣੇ ਗਾਉਣ ਤੋਂ ਇਲਾਵਾ ਕੋਈ ਹੋਰ ਵੀ ਸ਼ੌਂਕ ਹੈ ਬਾਈ ਨਾ ਵੀਰੇ ਇੱਕੋ ਹੀ ਜੀ ਜੀ ਇੱਕੋ ਹੀ ਹੈ ਜੀ ਮੈਂ ਸੁਣਾ ਦੂੰ ਹਾਂਜੀ ਹਾਂ ਬੁੱਲਾਂ ਉੱਤੇ ਫੁੱਲਾਂ ਜਿਹੀ ਬਹਾਰ ਵੇਖੀ ਮੈਂ ਨੈਣਾਂ ਵਿੱਚ ਜੁਗਣੋ ਜਿਹੀ ਲਾਟ ਵੇਖੀ ਮੈਂ ਹਾਂ ਬੁੱਲਾਂ ਉੱਤੇ ਫੁੱਲਾਂ ਜਿਹੀ ਬਹਾਰ ਵੇਖੀ ਮੈਂ ਨੈਣਾਂ ਵਿੱਚ ਜੁਗਣੋ ਜਿਹੀ ਲਾਟ ਵੇਖੀ ਮੈਂ ਧੁੱਪ ਵਰਗੀ ਨੇ ਚੰਨ ਤੋਂ ਚਾਨਣ ਸੋਹਣਾ ਲਿੱਤਾ ਹੈ ਧੁੱਪ ਵਰਗੀ ਨੇ ਚੰਨ ਤੋਂ ਚਾਨਣ ਸੋਹਣਾ ਲਿੱਤਾ ਹੈ ਚੰਗਾ ਤਜ਼ਰਬਾ ਜਾਨ ਮੇਰੀ ਨੇ ਹਾਸਲ ਕੀਤਾ ਹੈ ਚੰਗਾ ਤਜ਼ਰਬਾ ਜਾਨ ਮੇਰੀ ਨੇ ਹਾਸਲ ਕੀਤਾ ਹੈ ਉਹਦਾ ਅੰਗ ਅੰਗ ਮੰਨ ਲਓ ਕੋਈ ਕੱਚ ਜਿਵੇਂ ਹੁੰਦਾ ਮੈਂ ਵੇਖਿਆ ਇਹ ਸੁਪਨਾ ਸੁਪਨਾ ਸੱਚ ਜਿਵੇਂ ਹੁੰਦਾ ਸੱਚ ਜਿਵੇਂ ਹੁੰਦਾ ਹੁਣ ਖੁਦਾ ਨੇ ਵੱਖਰਾ ਆਲੀਸ਼ਾਨ ਇੱਕ ਤੋਹਫਾ ਦਿੱਤਾ ਹੈ
खुदा ने वखराया निशान एक तोहफा दिता है चंगा तजर्बा जान मेरी ने हासिल किया है चंगा तजर्बा जान मेरी ने हासिल किया है रब रंग भग लावे खर बई एक मेन गल पहला मेरा भी बहुत टाइम का सवाल सी मन च हुण तक तुसी सैड ही गाने गाए ने मेन कारण किते कोई दिल ते सट लगी हुई जां किदां वैसे लगी है भाई हां जी हां जी रे शेयर करोगे नहीं बस फिर यार ते कुछ होर थोड़ा जा ए तो हटके कुछ होर गानो जी वाहेगुरु कमाके तू गल करे सच्ची गल ते ना खड़े प्यार मेरना जतावे गल होर नाल करे कमाके तू गल करे सच्ची गल ते ना खड़े प्यार मेरना जतावे गल होर नाल करे आ साडी पिठ पिछे की रही करदी पिठ पिछे की रही करदी पहासी तेरा तां वड्या तेरी ये गल बिलो मैनू चंगी नहीं सी लगी तैनू तां छड्या तेरी ये गल बिलो मैनू चंगी नहीं सी लगी तैनू तां छड्या मतलब जी गाने राही खर जे सुनदे होणगे वापस समझ जाणगे ते भाई मेन आ जिहड़ा हुण यूनिवर्सिटी दे विच हुण जिहड़ा यूथ दी सोच की है वैसे जे इक ਬਈ ਫਿਊਚਰ ਨੂੰ ਲਾਈਕ ਅੱਜ ਕੱਲ੍ਹ ਤਾਂ ਇੰਜੋਇਮੈਂਟ ਹੀ ਜ਼ਿਆਦਾ ਚੱਲ ਰਿਹਾ ਬਈ ਵੀ ਠੀਕ ਆ ਆਏ ਹਾਂ ਬਾਹਰ ਇੰਜੋਏ ਕਰੋ ਆਪਦਾ ਠੀਕ ਹੈ ਕੋਈ ਹੈ ਨਹੀਂ ਵੀ ਸੀਰੀਅਸ ਵਾਲਾ ਕੰਮ ਤਾਂ ਹੈ ਨਹੀਂ ਬਈ ਵੀ ਸੀਰੀਅਸ ਹੋਣਗੇ ਫਿਊਚਰ ਨੂੰ ਲੈ ਕੇ ਯੂਨੀਵਰਸਿਟੀ ਅਤੇ ਕਾਲਜਾਂ ਦੇ ਮਾਹੌਲ ਦੇ ਵਿੱਚ ਕੀ ਫਰਕ ਹੁੰਦਾ ਤਾਂ ਇੱਥੇ ਠੀਕ ਆ ਓਪਨ ਜਿਹਾ ਕੰਮ ਆ ਵਧੀਆ ਆਪਦਾ ਕਿਸੇ ਨੂੰ ਕਿਸੇ ਨਾਲ ਕੋਈ ਮਤਲਬ ਜਿਹਾ ਨਹੀਂ ਹੈਗਾ ਠੀਕ ਆ ਠੀਕ ਆ ਪੜ੍ਹੇ ਵੀਰੇ ਕਾਲਜਾਂ 'ਚ ਹੀ ਆ ਇੱਥੇ ਖਾਲਸਾ ਕਾਲਜ ਹੋਈ ਹੈ ਗ੍ਰੈਜੂਏਸ਼ਨ ਪੜ੍ਹੇ ਉੱਥੇ ਬਈ ਠੀਕ ਆ ਮਾਹੌਲ ਆ ਠੀਕ ਲੱਗਦਾ ਵੈਸੇ ਕਾਲਜ ਨਾਲੋਂ ਯੂਨੀਵਰਸਿਟੀ ਦਾ ਮਾਹੌਲ ਬਹੁਤ ਵਧੀਆ ਬਈ ਹੁਣ ਪਿੱਛੇ ਵੀ ਗੱਲਬਾਤ ਕਰੀ ਸੀ ਬਹੁਤ ਨਾਲ ਇੱਥੋਂ ਨੂੰ ਆਹ ਲਾਈਫ ਨੂੰ ਬਹੁਤ ਜ਼ਿਆਦਾ ਜਦੋਂ ਯੂਨੀਵਰਸਿਟੀ ਛੱਡ ਜਾਂਦੇ ਨੇ ਉਸ ਤੋਂ ਬਾਅਦ ਵੀ ਮਿਸ ਕਰਦੇ ਨੇ ਇੰਨਾ ਇੱਥੇ ਇੰਨਾ ਦਾ ਕੀ ਹੈ ਵੈਸੇ ਇੱਥੇ ਬਈ ਤੋੜ ਜੀ ਲਾ ਲਓ ਜਿੱਦਾਂ ਇੱਕ ਨਸ਼ੇ ਦੀ ਹੁੰਦੀ ਹੈ ਹੈ ਨਾ ਉਹ ਹਿਸਾਬ ਜਾਗਾ ਹੁਣ ਘਰੇ ਜਾ ਕੇ ਆਪੋ ਉਹਦੇ ਕੰਮਾਂ ਜਿਹਾਂ 'ਚ ਪੈ ਜਾਣਾ ਬਈ ਇੱਥੇ ਕਿਸੇ ਦੀ ਟੈਨਸ਼ਨ ਜੀ ਨਹੀਂ ਕੋਈ ਫਿਕਰ ਨਹੀਂ ਕੋਈ ਕੁਛ ਨਹੀਂ ਹੈ ਨਾ ਵਧੀਆ ਬਸ ਆਪਦਾ ਸਰਕਲ ਬਣਦਾ ਵਧੀਆ ਆਪਦਾ ਇੱਕ ਦੂਜੇ ਨਾਲ ਬਹਿਨੇ ਕਰਦੇ ਆ ਸਭ ਕੁਛ ਵਧੀਆ ਵੀ ਵਧੀਆ ਯਾਰ ਬਾਈ ਮੁੱਕਦੀ ਗੱਲ ਬਾਈ ਜੀ ਇੱਕ ਨਾਲ ਸਾਡੇ ਬਾਈ ਸੀ ਇੱਥੇ ਬਈ ਆਲਮ ਸੀ ਹਾਂਜੀ ਹਾਂਜੀ ਹਾਂ ਆਲਮ ਬਾਈ ਸੀ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਆਲਮ ਜੱਠਾ ਜੀ ਹਾਂਜੀ ਬਾਈ ਜੀ ਸੰਗਰੂਰ ਤੋਂ ਸੰਗਰੂਰ ਵਾਲੀ ਸਾਈਡ ਤੋਂ ਅੱਛਾ ਮੈਂ ਇੱਧਰਲੀ ਸਾਈਡ ਤੋਂ ਆਪਣਾ ਬੱਬੇ ਵਾਲੀ ਸਾਈਡ ਤੋਂ ਤੁਸੀਂ ਬਾਈ ਜੀ ਕੀ ਕਰਦੇ ਇੱਥੇ ਬ੍ਰਦਰ ਮੈਂ ਤਾਂ ਵੈਸੇ ਜੋਬ ਜੁਬ ਦਾ ਆਪਣਾ ਪੜ੍ਹਾਈ ਪੜੂਈ ਦਾ ਕਰ ਰਿਹਾ ਆਪਣਾ ਹੀ ਕੰਮ ਕਰ ਰਿਹਾ ਇਮੀਗ੍ਰੇਸ਼ਨ ਦਾ ਹੀ ਕੰਮ ਕਰ ਰਿਹਾ ਐਜ਼ ਅ ਫਰੀਲਾਂਸਰ ਸਟੱਡੀ ਵੀਜ਼ੇ ਦਾ ਕੰਮ ਕਰਦਾ ਬਾਕੀ ਬਾਈਆਂ ਕੋਲ ਬਹਿ ਜੀ ਦਾ ਕੇ ਪੀ ਜੀ 'ਚ ਬਸ ਸੁਣਾਉਂਗੇ ਬਾਈ ਹਾਂ ਵੀਰੇ ਹੋ ਪੈਗ ਚੱਲਦਾ ਰਿਪੀਟ ਤੇ ਰਿਪੀਟ ਨਹੀਂ ਹੈ ਦਾਰੂ ਨਾ ਅਸਰ ਕਰਦੀ ਹੈ ਰੁਕ ਕਾਲ ਜੇ ਚੋ ਲੈ ਗਈ ਤੂੰ ਤਾਂ ਭਰ ਕੇ ਨਹੀਂ ਕਾਹਦਾ ਤੂੰ ਜਹਾਜ਼ ਚੜ ਗਈ ਹੋ ਪੈਗ ਚੱਲਦਾ ਰਿਪੀਟ ਤੇ ਰਿਪੀਟ ਨਹੀਂ ਹੈ ਦਾਰੂ ਨਾ ਅਸਰ ਕਰਦੀ ਹੈ ਰੁਕ ਕਾਲ ਜੇ ਚੋ ਲੈ ਗਈ ਤੂੰ ਤਾਂ ਭਰ ਕੇ ਨਹੀਂ ਕਾਹਦਾ ਤੂੰ ਜਹਾਜ਼ ਚੜ ਗਈ ਉਹ ਤੇਰੇ ਸੋਹਣੀਏ ਬੁੱਲਾਂ ਦੀ ਮੁਸਕਾਨੀ ਸੋਹਣੀਏ ਬੁੱਲਾਂ ਦੀ ਮੁਸਕਾਨੀ ਨੀ ਬੜਾ ਤੜਪਾਉਂਦੀ ਆ ਉਹ ਦਾਰੂ ਉਤਰ ਜਾਂਦੀ ਆ ਜਦੋਂ ਬੱਲੀਏ ਨੀ ਫਿਰ ਤੇਰੀ ਯਾਦ ਆਉਂਦੀ ਆ ਹੋ ਦਿਲ ਲੱਗਦਾ ਨਾ ਕਿਤੇ ਮੇਰਾ ਸੋਹਣੀਏ ਨੀ ਕੰਧਾਂ ਨਾਲ ਫਿਰਾਂ ਵੱਜਦਾ ਹਾਏ ਵਾਲ ਪੇਪਰ ਤੇ ਲੱਗੀ ਫੋਟੋ ਵੇਖ ਕੇ ਨੀ ਦਿਲ ਨਾਲ ਚੱਠੇ ਦਾ ਰੱਜਦਾ ਉਹ ਬੜੀ ਕਰਦਾ ਕੋਸ਼ਿਸ਼ ਮੈਂ ਪੱਲਾ ਆਉਂਦੀ ਆਓ ਬੜੀ ਕਰਦਾ ਕੋਸ਼ਿਸ਼ ਮੈਂ ਪੱਲਾ ਆਉਂਦੀ ਨੀ ਚੇਤੇ ਬਹੁਤੇ ਆਉਂਦੀ ਆ ਹੋ ਦਾਰੂ ਉਤਰ ਜਾਂਦੀ ਆ ਜਦੋਂ ਬੱਲੀਏ ਨੀ ਫਿਰ ਤੇਰੀ ਯਾਦ ਆਉਂਦੀ ਆ ਦਾਰੂ ਦਾ ਬ੍ਰਾਂਡ ਮਾਸਟਰ ਦਾ ਕੱਲਾ ਸ਼ਹਿਰੀ ਮਾਨ ਹੀ ਬਣਿਆ ਪਿਆ ਕਰ ਚਲੋ ਬਾਈ ਜੀ ਇੱਕ ਤੇ ਬਈ ਇੱਕ ਉਹ ਗਾਣਾ ਜ਼ਰੂਰ ਹੋ ਜੇ ਹਾਂ ਤੇਰੇ ਭੈਣ ਭੁਲੇ ਕੇ ਨੀ ਨਿੱਤ ਢਲਦੀਆਂ ਸ਼ਾਮਾਂ ਨੂੰ ਰੱਬ ਵਾਂਗ ਤੇ ਆਉਂਦੇ ਆ ਅੱਜ ਵੀ ਤੇਰੇ ਨਾਵਾਂ ਨੂੰ ਤੇਰੇ ਭੈਣ ਭੁਲੇ ਕੇ ਨੀ ਨਿੱਤ ਢਲਦੀਆਂ ਸ਼ਾਮਾਂ ਨੂੰ
रब वांग ते आने आ अज भी तेरे नावानू हाँ कदे साथ छड़ दिया नहीं लख चाया मैं परछाइया एक बोलते आ जागे दस दीजे या बाईया बोलते आ जागे दस दीजे या बाईया बहुत ज्यादा सोना भाई कोई डायलॉग सुना इधर भाई शायरी सुनाओ जी तुसी भाई शायरी पहला डायलॉग अपन भाई गाने जा रहे कहना शायरी आ रही है मेरी पिठ ते मारे खंजर अपने ने मेरी पिठ ते मारे खंजर अपने ने किनू कड़ा ते किनू रखा मैं मेरे सामने खंजर चोबदे रहे पर विश्वास ना कीता मेरी अखा ने कईयां नू लगता सी मैं मिट जाऊंगा पर मेरे गम ही बिकते हुण विच लखां ने कईयां नाल वादे कर ले साथ नभाउण दे मैं हुण तुसी दसो किनू छड्डां ते किनू रखां नाम भी थोड़ा चिट्टा ते चिट्टे कपड़े पाए हुए ने ते शेर भी बहुत सोहना सी भाई कुछ कितना ना सुनाइए भाई कुछ और जचता भाई इधर तू ही सुनाओ तेरे वीर इबरे अपना मतलब जो पंजाब दा है ना माहौल चल रहा बिच ओदे व्यंग जा थोड़ा जा है ना ते बाकी सच्चाई भी आ ते थोड़ा हासोहीणा जा है ना ते ओ चीज़ एक लिखी सी करोना वाला जिहड़ा जो भी ड्रामा चल रहा सीगा कहिंदा असीं पहलां ही सी वेले ना सी पल्ले पैसे धेले उत्तों सप ये करोना वाला कटता पैर पैर मजबूरी उत्तों तेरी मेरी दूरी सह सुख दा असीं भी लैना छड्डता बोलना भी तेरा हुण मिर्चां तों कौड़ा उंज शकलों तों खंड डली लगदी ना कोई छड्डी घाट बाद तुसीं कीता बर्बाद तूं भी कैप्टन दे नाल रली लगदी ना कोई छड्डी घाट बाद तुसीं कीता बर्बाद तूं भी कैप्टन दे नाल रली लगदी अगे कहना सरकारां दे दावे नाले तेरे झूठे वादे आखर नू झूठे जिहे पै गए तेनू कीती सी सपोर्ट पाई राजे नू सी वोट साले दोए कम पुठे जिहे पै गए ऐ तेनू कीती सी सपोर्ट पाई राजे नू सी वोट साले दोवें कम पुठे जिहे पै गए बाहरों बड़ी चंगी चंगी लगे सरकार आ हुण किराया माफ करता है ना ते होर मतलब होर चीज़ां वल ध्यान नहीं दे रहे ते कहना बाहरों बड़ी चंगी चंगी लगे सरकार तू भी बाहरों चंगी भली लगती ना कोई छड्डी घाट बाद तुसी कीता बर्बाद तू भी कैप्टन दे नाल रली लगदी भाई जी एक तीर नाल दो तीन निशाने ला गए खर तुसी ला जी हां ही नहीं लुकड़ के भाई आ जा जी लुकड़ के ते नहीं देने देखी डांग खड़कदियां आ जा भाई जी हो जे कुछ ड्यूटी सुना दा भाई जेड़ा बस हो मेरा हाई लेवल स्टेटस आ तेरी रेंजों वार वे तेरा चलना नी शिक्का पहला मोड़ ते हजार वे हो वीर मेरे रख दे अज से तुन के बेबाज अख वाली तेरे कोलों डक्की नी जानी मैं बैलिया दे करे जमी पली मुंडे आवे तेथों जट्टी दी क्या जिम्मेवारी चक्की नी जानी मैं बैलिया दे करे जमी पली मुंडे आवे तेथों जट्टी दी क्या जिम्मेवारी चक्की नी जानी ओ पहला चली पड़ दादे दी ते फिर मेरे दादे दी आ मंत्री जे सोडे कुड़े करे आउण साडे नी ओ कब्बे जे सवा दा कुड़े लाने दर मेरा जदों बोले जट बदल नी वांग गजदा है ओ गुड़ती च गन मैनू मिली है रकाने पिंड बंदे खाणियां दा साडा लाणा वजदा है ओ गुड़ती च गन मैनू मिली है रकाने पिंड बंदे खाणियां दा साडा लाणा वजदा है वतन भाई जी के पिंड केड़ा भाई दयाल प्रवरे सच्चे बंदे खाने पाए तू जाके मैं बस वैसे ही लिखता हूं वैसे बाजदे की पिंड पिंड च की बाजदे वैसे रे पिंड च असी बोदे बाजदे ना वैसे बोदे नहीं हैगे बोदे बंदे ता तकड़े इत्थे की कर रहे हो भाई रे इत्थे बस म्यूजिक सीख रहे हैं इत्थे फिलहाल क्लास ले मेरा पहला भी भाई मैं देखया तकरीबन सारे मुंडे म्यूजिक वाले ने चक्कर की है दुनिया म्यूजिक मगर क्यों है मेरे बचपन तो शौक जैसे म्यूजिक का तंग करके जी जी परमात्मा करे भाई सारे भरावां नूं सानूं तंदुरुस्तियां चढ़दी कला बख्शे आपां अपने मुकाम भाई जी की नाम है जी अपना भाई मेरा नाम राज कपूरी है कपूरी मेरा पिंड है ते राज मेरा नाम है जी कपूरी केड़े उच्च आ गया भाई ये कपूरी पिंड वीरे बहुत मशहूर पिंड है पहली गल तां इह है एस वाई एल नहर दा जिहड़ा मुद्दा चलदा वह मेरे पिंड का ही मोर्चा जिहड़ा लग्गिया हो पिंड तों मैं हाँ जी वह पिंड तों आ जी मैं
ਇੱਥੇ ਕੀ ਕਰ ਰਹੇ ਹੋ ਬਾਈ ਜੀ? ਵੀਰੇ ਮੈਂ ਪੰਜਾਬੀ ਸਾਹਿਤ ਅਧਿਐਨ ਵਿਭਾਗ ਦੇ ਵਿੱਚ ਐਮਫਿਲ ਕਰ ਰਿਹਾ। ਕੀ ਸੁਣਾ ਕੀ ਰਹੇ ਹੋ ਵੈਸੇ? ਜੋ ਤੁਸੀਂ ਕਹੋਗੇ ਵੈਸੇ ਮੈਂ ਮਤਲਬ ਅੱਜ ਮੇਰਾ ਜਿਹੜਾ ਮੂਡ ਬਣਿਆ ਹੋਇਆ ਸਾਈਡ ਜਾਂ ਅਤੇ ਆਪਾਂ ਵੀਰੇ ਸਾਬਰ ਕੋਟੀ ਨੂੰ ਬਹੁਤ ਸੁਣਿਆ ਮੈਂ ਅਤੇ ਉਹਨਾਂ ਦਾ ਇੱਕ ਗਾਣਾ ਹੈ ਕਿ ਤੈਨੂੰ ਕੀ ਦੱਸੀਏ ਅਸੀਂ ਧੁਰੰਦਰ ਤੱਕ ਲੀਰਾਂ ਹੋਈ ਬੈਠੇ ਹਾਂ, ਉਹ ਗਾਣਾ ਮੈਂ ਚਾਹਾਂਗਾ ਕਿ ਮੈਂ ਸੁਣਾ ਦਈਏ। ਸਾਡਾ ਹਾਲ ਵੇਖ ਕੇ ਰੋ ਪਏ, ਸਾਡਾ ਹਾਲ ਵੇਖ ਕੇ ਰੋ ਪਏ, ਫਿਰ ਰੋਂਦੇ ਰੋਂਦੇ ਟੁੱਟ ਗਏ। ਅਸੀਂ ਜਦ ਵੀ ਨੀ ਤਾਰਿਆਂ ਦੀ ਹੈ, ਜਦ ਵੀ ਨੀ ਤਾਰਿਆਂ ਦੀ ਲੋਏ ਬੈਠੇ ਆਂ, ਨੀ ਤੈਨੂੰ ਕੀ ਦੱਸੀਏ ਹੈ, ਤੈਨੂੰ ਕੀ ਦੱਸੀਏ। ਅਸੀਂ ਧੁਰੇ ਅੰਦਰ ਤੱਕ ਲੀਰਾਂ ਹੋਏ ਬੈਠੇ ਆਂ, ਨੀ ਤੈਨੂੰ ਕੀ ਦੱਸੀਏ ਹੈ, ਤੈਨੂੰ ਕੀ ਦੱਸੀਏ। ਹਾਂ ਆਪ ਡੋਬ ਕੇ ਆਪ ਲਹਿਰਾਂ ਤੋਂ ਪੁੱਛਦੀਏ ਨੀ, ਸੁਣਿਆ ਸਾਡਾ ਹਾਲ ਗਹਿਰਾਂ ਤੋਂ ਪੁੱਛਦੀਏ ਨੀ, ਪੁੱਛਦੀਏ ਹਾਏ ਪੁੱਛਦੀਏ। ਤੇਰਾ ਇਸ਼ਕ ਜ਼ਹਿਰ ਬਣ ਲੜ ਜਾਵੇ, ਸਾਨੂੰ ਯਾਦਾਂ ਦਾ ਸੱਪ ਚੜ ਜਾਵੇ। ਅਸੀਂ ਜਿੱਥੇ ਵੀ ਜਿਸ ਥਾਂ 'ਤੇ ਹੈ, ਜਿੱਥੇ ਵੀ ਜਿਸ ਥਾਂ ਖਲੋਏ ਬੈਠੇ ਆਂ, ਨੀ ਤੈਨੂੰ ਕੀ ਦੱਸੀਏ ਹੈ, ਤੈਨੂੰ ਕਿਉਂ ਦੱਸੀਏ। ਅਸੀਂ ਧੁਰੇ ਅੰਦਰ ਤੱਕ ਲੀਰਾਂ ਹੋਏ ਬੈਠੇ ਆਂ, ਨੀ ਤੈਨੂੰ ਕਿਉਂ ਦੱਸੀਏ ਹੈ, ਤੈਨੂੰ ਕੀ ਦੱਸੀਏ। ਪਤਾ ਬਾਈ ਕਿਆ ਬਾਤ, ਸਾਬਰ ਕੋਟੀ ਸਾਡੇ 'ਚ ਹੈ ਨਹੀਂ ਗੇ ਪਰ ਤਾਜ਼ਾ ਕਰਤੀਆਂ ਬਈ ਯਾਦਾਂ। ਬਾਕੀ ਅਸਲੀ ਗਾਇਕ ਵੀ ਉਹੀ ਹੈ, ਜਦੋਂ ਤੁਸੀਂ ਬਾਈ ਸਰੋਤਿਆਂ ਨੂੰ ਸਾਰਿਆਂ ਨੂੰ ਬੰਨ੍ਹਾ ਦੱਸਦੀ, ਮੱਛਰ ਦੇਖੋ ਕਿੰਨਾ ਹੈ ਪਰ ਬੰਦਾ ਕੋਈ ਹਿੱਲਿਆ ਨਹੀਂ ਹੈ, ਖਰਾ ਇਹ ਵੀ ਦੇਖਿਆ। ਬਾਈ ਜੀ ਤੁਸੀਂ ਵੀ ਹੋ ਜੇ ਕੁਛ, ਨਾਮ ਕੀ ਹੈ ਤੁਹਾਡਾ? ਮੇਰਾ ਜੀ ਨਾਮ ਸਤਨਾਮ ਸਿੰਘ ਜੱਸਲ ਹੈ ਅਤੇ ਭਾਸ਼ਾ ਵਿਭਾਗ ਵਿਗਿਆਨ ਡਿਪਾਰਟਮੈਂਟ ਹੈ, ਹੈ ਨਾ। ਅਤੇ ਮੈਂ ਕੁਦਰਤ ਜੀ ਲਿਖਿਆ ਹੋਇਆ ਕੁਛ ਹੈ ਨਾ ਉਹ ਸੁਣਾਉਣਾ ਗਾ। ਕਹਿੰਦਾ ਵੀ ਕੁਛ ਵੀ ਲਿਖ ਲਈਏ, ਹੈ ਨਾ, ਪਹਿਲਾਂ ਇੱਕ ਉਹਦੇ ਲਾਈਨ ਬੋਲੂੰਗਾ, ਉਸ ਤੋਂ ਬਾਅਦ 'ਚ ਫਿਰ ਸੁਣਾਉਣਾ। ਕਹਿੰਦਾ ਖੂਬਸੂਰਤੀ ਨੂੰ ਜੋ ਪੈਮਾਨਿਆਂ 'ਚ ਭਰਦੇ ਨੇ, ਹੈ ਨਾ, ਖੂਬਸੂਰਤੀ ਨੂੰ ਜੋ ਪੈਮਾਨਿਆਂ 'ਚ ਭਰਦੇ ਨੇ ਗੁਸਤਾਖੀਆਂ ਹੀ ਕਰਦੇ ਨੇ। ਹੁਣ ਗੁਸਤਾਖੀ ਕਰਨ ਜਾ ਰਿਹਾ ਗਾ। ਕਿਰਨਾਂ ਵੀ ਕਰਨ ਮਸ਼ਕਰੀ ਗੋਹਰੇ ਉਹਦੇ ਮੁਖੜੇ 'ਤੇ, ਉਮਰਾਂ ਕੁਰਬਾਨ ਮੇਰੀਆਂ ਚੰਨ ਜੇ ਉਸ ਟੁਕੜੇ 'ਤੇ, ਸਾਬਣ 'ਤੇ ਪੱਗਣ ਚੜ੍ਹਦੇ ਲੈ ਕੇ ਉਸ ਤੋਂ ਇਜਾਜ਼ਤ, ਉਹਦੀ ਇੱਕ ਛੋ ਪਾਉਣ ਲਈ ਪੌਰੇ ਵੀ ਕਰਨ ਇਬਾਦਤ। ਖੁਸ਼ਬੂ ਜੀ ਦੀ ਅੱਗੇ ਫਿੱਕੀ, ਖੁਸ਼ਬੂ ਜੀ ਦੀ ਅੱਗੇ ਫਿੱਕੀ, ਮਹਿਕ ਗੁਲਾਬਾਂ ਦੀ ਲਫਜ਼ਾਂ ਵਿੱਚ ਸਿਫਤ ਨਾ ਹੋਵੇ, ਮੈਥੋਂ ਜਨਾਬਾਂ ਦੀ ਲਫਜ਼ਾਂ ਵਿੱਚ ਸਿਫਤ ਨਾ ਹੋਵੇ। ਹੋ ਅੱਗੇ ਕਹਿੰਦਾ ਜਦੋਂ ਉਹਨੂੰ ਰੱਬ ਨੇ ਬਣਾਇਆ ਹੋਣਾ ਤਾਂ ਕਿਹੜੀ ਮਸਤੀ 'ਚ ਹੋਣਾ। ਹੋ ਮਿੱਠਾ ਸ਼ਰਬਤ ਪੀ ਪੀ ਕੇ ਰੱਬ ਜੀ ਉਹਦੇ ਨਕਸ਼ ਉਕੇਰੇ, ਕਣਕਾਂ ਜਿਹਾ ਰੰਗ ਵੇਖ ਕੇ ਚੋਬਰ ਗਸ ਖਾਣ ਬਥੇਰੇ, ਤਿਪ ਤਿਪ ਹੈ ਰਸ ਟਪਕਦਾ ਮਿਸ਼ਰੀ ਉਹਦੇ ਬੋਲਾਂ 'ਚੋਂ, ਕੁਦਰਤ ਵੀ ਸਦ ਕੇ ਜਾਂਦੀ ਜੀ ਦੀਆਂ ਕਲੋਲਾਂ ਤੋਂ, ਦਿਲ ਦੀ ਗੱਲ ਕਹਿਣ ਤੋਂ ਡਰੀਏ ਰਾਣੀ ਉਹ ਮੇਰੇ ਖੁਆਬਾਂ ਦੀ ਲਫਜ਼ਾਂ ਵਿੱਚ ਸਿਫਤ ਨਾ ਹੋਵੇ, ਸਾਤੋਂ ਜਨਾਬਾਂ ਦੀ ਲਫਜ਼ਾਂ ਵਿੱਚ ਸਿਫਤ ਨਾ ਹੋਵੇ। ਹੋ ਬਈ ਇੱਕ ਆਪਣੇ ਜਿਹੜੇ ਐਪੀਸੋਡ ਦੀ ਲਾਸਟ ਤੁਸੀਂ ਜੀ ਇੱਕ ਪਹਿਲਾਂ ਇੱਕ ਪੈਰਾ ਸੁਣਾ ਦਿੰਦਾ ਯਾਰੀ ਦੋਸਤੀ ਦਾ, ਉਹ ਤੋਂ ਬਾਅਦ ਇੱਕ ਕਵਿਤਾ ਜੀ ਆ। ਦੋ ਚਾਰ ਗੀਤ ਗਾ ਕੇ ਹਵਾ ਨਹੀਂ ਕਰੀ ਦੀ ਵੀਰੇ, ਭੁੱਲੀ ਦਾ ਨੀ ਨਾਲ ਖੜੇ ਯਾਰਾਂ ਨੂੰ, ਨਾਲ ਬਹਿਣ ਵਾਲੇ ਜਦੋਂ ਯਾਰ ਹੀ ਨਾ ਰਹੇ ਕੀ ਅੱਗ ਲਾਉਣਾ ਮਹਿੰਗੀਆਂ ਏ ਕਾਰਾਂ ਨੂੰ, ਆਪਣੇ ਨਾ ਦਮ ਤੇ ਕੋਈ ਬਣਦਾ ਸਟਾਰ ਵੀਰੇ, ਆਪਣੇ ਨਾ ਦਮ ਤੇ ਕੋਈ ਬਣਦਾ ਸਟਾਰ ਵੀਰੇ,
नाल दे ही दिंदे हला शेरिया साढ़े को सिख साढ़े उत्ते गेम पाउंदा बल्ले जेरा बल्ले ना रीसा तेरिया साढ़े को सिख साढ़े उत्ते गेम पाउंदा बल्ले शेरा बल्ले ना रीसा तेरिया। अज दे खर हालातों नूं तुसीं बहुत सोहना गाने च परोया कुछ होर हो जी। हाँ जी वह सुनाना मैं कहिंदा सुन के जा तूं गल बड़े कमाल दी आ होई अज दी नहीं पिछले पंज साल दी आ सत्तवीं सी उदों मैं जो दिल जा लाया सी तैनूं देख के मैं अपना रब पाया सी जो हस हस गल्लां करदी सी अज भी याद ने हो जिन्नियां मर्जी आउण जिंदगी विच सब कुड़ियां तेरे तों बाद ने जो भी कम कहिंदी बड़ा हस के करदे सी हो तैनूं की पता तेरे ते किन्ना मरदे सी गलती तेरी नहीं गलती तो मेरी सी जिहड़ा कह नहीं होया पर तैनूं दूर जांदिआं दे कमला दिल बहुत रोया चल फ्रेंड ही सही गलता करदी सी फिर की होया जे कदे कदे लड़दी सी हुण पता नहीं की होया बोलणों की वेखणों भी रह गई है तैनूं देखण दी लत ला के दूर जा बह गई है एक तरफे प्यार दा ही वखरा ही नज़ारा है जिहदा पता के नहीं मिलना उही जान तो प्यारा है सज्जण नूं वेखण दा अलग ही सुख मिलदा है हौली हौली दिल विच प्यार दा बूटा खिलदा है जे उह हस के बोल पए तां लगदा जिंदगी सफल है हो दिल दे जज्बातां मूहरे गुरी सियां छोटी अकल है कई डरदे कहिंदे नहीं वी कितें दोस्ती ना टुट जे जो देखण दी खुशी मिलदी आ कदे उह भी ना लुट जे जो एक तरफा प्यार करदे ने कदे धोखा नहीं दिंदे हो गरे वाला की हसणगे दूजियां ते जो खुजदाई दे हंझू पींदे जो खुजदाई दे हंझू पींदे। बई असल जिहड़ा अपना माहौल सी थोड़ा रोमांटिक माहौल सी सो एक मेरा निजी पसंद है भी गोल गप्पिआं वाला जिहड़ा सुना के आपां फिर उहनूं एंड करिए। सत्तो पलेटां बेरे पहलां खा गई अठवीं दे उत्ते हुण बारी आ गई सत्तो पलेटां बेरे पहलां खा गई अठवीं दे उत्ते हुण बारी आ गई रेहड़ी उत्ते खड़ी जेब खाली कर गई रेहड़ी उत्ते खड़ी जेब खाली कर गई जिंदगी दे विच ऐसा गाह पै गया रब ही बचाऊ हुण थोड़े यार नूं बेरे गोल गप्पे खाणी नाल वाह पै गया रब ही बचाऊ हुण थोड़े यार नूं बेरे गोल गप्पे खाणी नाल वाह पै गया। बहुत शुक्रिया बई जी सारे ये यूनिवर्सिटी दे विच जिहड़े सारे मुंडे ने इत्थों अपने फ्यूचर की तलाश च ने कोई म्यूजिक की एम ए कर रहा है कोई पढ़ाई हर तरह की पढ़ाइया कर रहे हैं सो परमात्मा करे कि जल्दी अपने मुकाम हासिल कर सो आने वाले टाइम च किसी होर शख्सियत नाल तुहानू रूबरू करावांगे तद तक लई सानू इजाजत दिओ जी धन्यवाद।